ਦਰਸ਼ਕੋ ਇਸ ਲਈ ਮੇਰੇ ਨਾਲ ਜੋ ਸ਼ਖਸੀਅਤ ਐਸਰੇ ਖੜੇ ਨੇ ਬਹੁਤ ਮਾਨਮਤੀ ਸ਼ਖਸੀਅਤ ਨੇ ਗੁਰਨਾਕਦੇ ਯੂਨੀਵਰਸਿਟੀ ਤੋਂ ਪ੍ਰੋਫੈਸਰ ਰਿਟਾਇਰਡ ਨੇ ਔਰ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਜਲਿਆਂ ਵਾਲਾ ਬਾਗ ਔਰ ਉਸ ਕਿਤਾਬ ਦੇ ਬਾਬਤ ਅਸੀਂ ਗੱਲਬਾਤ ਕਰ ਰਹੇ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਸਤਿ ਸ੍ਰੀ ਅਕਾਲ ਤੁਹਾਡੀ ਕਿਤਾਬ ਅਸੀਂ ਅੱਜ ਮੈਂ ਤੁਸੀਂ ਇਹ ਮੋਸ਼ਨ ਵੀ ਕਰ ਰਹੇ ਜੇ ਔਰ ਇਸ ਕਿਤਾਬ ਦੇ ਬਾਰੇ ਥੋੜਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਕਿ ਤੁਹਾਡੇ ਤੁਸੀਂ ਇਹ ਕਿਤਾਬ ਤੁਹਾਡੇ ਮਨ ਚ ਕਿਉਂ ਆਇਆ ਜਾਂ ਦਾ ਮੰਤਵ ਕੀ ਆ ਅਸੀਂ ਉਹ ਪਹਿਲਾਂ ਪਤਾ ਕਰਾਂਗੇ ਤੁਹਾਡੇ ਕੋਲ 2019 ਜੀ ਜਲੇਮੜੇ ਭਾਗ ਦੇ ਸਾਕੀ ਦੀ ਸ਼ਤਾਬੀ ਦਾ ਵਰ ਹੈ ਜੀ ਤੇ ਅਸੀਂ ਮੈਂ ਦੇਸ਼ਪਤ ਯਾਦਗਾਰ ਕਮੇਟੀ ਜਿਰੰਦਰ ਦਾ ਟਰਸਟੀ ਹੈ ਜੀ ਅਸੀਂ ਕਮੇਟੀ ਚ ਫੈਸਲਾ ਕੀਤਾ ਕਿ ਇਹ ਜਲੇਮਲੇ ਬਾਗ ਦੇ ਸਾਕੇ ਨਾਲ ਸੰਬੰਧਿਤ ਜੀ ਜੋ ਵੀ ਘਟਨਾਵਾਂ ਹੈਗੀਆਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਆਪਣਾ ਮੇਲਾ ਗਦਰੀ ਬਾਬਿਆਂ ਦਾ ਇਸ ਉਸ ਯਾਦ ਨੂੰ ਡੈਡੀਕੇਟ ਕੀਤਾ ਸੀ ਜੀ ਤੇ ਕਮੇਟੀ ਦੇ ਫੈਸਲੇ ਅਨੁਸਾਰ ਇਹ ਕਿਤਾਬ ਉਸ ਮੇਲੇ ਦੇ ਵਾਸਤੇ ਲਿਖੀ ਗਈ ਸੀ ਤਾਂ ਕਿ ਜਲੇਮਲੇ ਬਾਗ ਦੀ ਜੋ ਘਟਨਾ ਹੋਈ ਹੈ ਸਾਕਾ ਹੋਇਆ ਹੈ ਜਿਨੇ ਲੋਕ ਸਾਡੇ ਸ਼ਹੀਦ ਹੋਏ ਆ ਜੀ ਇਤਿਹਾਸ ਵਿੱਚ ਉਸ ਦੀ ਕੀ ਮਹੱਤਤਾ ਹੈਗੀ ਹੈ ਜੀ ਇਤਿਹਾਸ 'ਚ ਕੀ ਥਾਂ ਹੈ ਜੀ ਇਸ ਨੂੰ ਦੇਖਦੇ ਹੋਏ ਅਸੀਂ ਇਹ ਕਿਤਾਬ ਲੋਕਾਂ ਦੀ ਨਿਗਾਹ ਦੇ ਵਿੱਚ ਇਹ ਇਤਿਹਾਸ ਨੂੰ ਲਿਆਉਣਾ ਚਾਹੁੰਦੇ ਸੀ ਸੋ ਇਹ ਕਿਤਾਬ ਨੂੰ ਇਸ ਕਰਕੇ ਦੇਸ਼ ਭਗਤ ਯਾਤਕਰ ਮੀਟੀ ਦੇ ਪ੍ਰਕਾਸ਼ਨ ਨੇ ਪਬਲਿਸ਼ ਕੀਤਾ ਹੈ ਜੀ ਤੇ ਉਹਨਾਂ ਦੇ ਕਹਿਣ ਦੇ ਉੱਤੇ ਕਿਤਾਬ ਲਿਖੀ ਗਈ ਹੈ ਸਰ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸ਼ਹੀਦਾਂ ਦੀ ਗੱਲ ਕੀਤੀ ਆ ਸਰ ਇਹ ਸ਼ਹੀਦ ਇਸ ਤਾਂ ਹੀ ਸ਼ਹੀਦ ਕਹ ਰਹੇ ਤੁਸੀਂ ਵੀ ਸ਼ਹੀਦ ਦਾ ਨਾਂ ਲਿਆ ਕਿ ਸਰ ਅਜੇ ਤੱਕ ਸਾਡੇ ਜਿੱਦਾਂ ਦੇਸ਼ ਨੇ ਇਹਨਾਂ ਨੂੰ ਸ਼ਹੀਦ ਮੰਨੇ ਇਹ ਬੜਾ ਟੇਡਾ ਜਿਹਾ ਮਾਮਲਾ ਹੈਗਾ ਹੁਣ ਵੈਸੇ ਚਰਚਾ ਚੱਲੀ ਹੈਗੀ ਵੀ ਉਹ ਮੰਨ ਰਹੇ ਐ ਪਰ ਬਹੁਤ ਦੇਰ ਇਹਨਾਂ ਨੂੰ ਸ਼ਹੀਦ ਨਹੀਂ ਮੰਨਿਆ ਗਿਆ ਸੀ ਸਰਕਾਰ ਦਾ ਨਾ ਨਾ ਸਿਰਫ ਇਹਨਾਂ ਨੂੰ ਸਗੋਂ ਤੁਹਾਨੂੰ ਯਾਦ ਹੋਣਾ ਹੈ ਕਿ 1946 ਦੇ ਵਿੱਚ ਇੱਕ ਨੇਵੀ ਦੀ ਬਗਾਵਤ ਹੋਈ ਸੀ ਉਹਨਾਂ ਨੂੰ ਅਜੇ ਤੱਕ ਸ਼ਹੀਦ ਨਹੀਂ ਮੰਨਿਆ ਗਿਆ ਹਾਂਜੀ ਬਗਾਵਤ ਹਾਂ ਇਹ ਹੁਣ ਇਹਨਾਂ ਨੂੰ ਕੁਝ ਚੱਲ ਰਿਹਾ ਸੀ ਗੱਲਬਾਤ ਇਸ ਬਾਰੇ ਮੈਂ ਕੋਈ ਜ਼ਿਆਦਾ ਸ਼ੋਰਨਿਕ ਐਸਟ੍ਰੇਲਿਕ ਕੀ ଫਾਰਮਲ ਪੋਜੀਸ਼ਨ ਕੀ ਹੈ ਜੀ ਲੇਕਿਨ ਹੁਣ ਤਕਰੀਬਨ ਆਪੇ ਮੰਨ ਕੇ ਚੱਲੀ ਹੈ ਕੋਈ ਸਰਕਾਰ ਸ਼ਹੀਦ ਮੰਦੀ ਹੈ ਜਾਂ ਨਹੀਂ ਮੰਦੀ ਜੀ ਇਹਦਾ ਕੋਈ ਬਹੁਤ ਫਰਕ ਨਹੀਂ ਪੈਂਦਾ ਲੋਕਾਂ ਦੀ ਨਿਗਾਹ ਦੇ ਵਿੱਚ ਜਿੰਨੇ ਬੰਦੇ ਉੱਥੇ ਉਸ ਗੋਲੀ ਦਾ ਸ਼ਿਕਾਰ ਹੋਏ ਆ ਉਹ ਸਾਡੇ ਜਿਹੜੇ ਦੇਸ਼ ਦੀ ਆਜ਼ਾਦੀ ਦੀ ਲਹਿਰ ਸੀ ਉਹਦੇ ਵੱਡੇ ਸ਼ਹੀਦ ਅਸੀਂ ਸਾਰੇ ਗਿਣ ਕੇ ਚੱਲਦੇ ਆ ਉਹਦਾ ਇੱਕ ਵੱਡਾ ਜਿਹੜਾ ਸਾਡੇ ਵਾਸਤੇ ਜਿਹੜਾ ਸਬੂਤ ਹੈ ਜੀ ਜਾਂ ਸਾਡੇ ਵਾਸਤੇ ਵਿਚਾਰ ਹੈ ਜੀ ਉਹ ਇਸ ਗੱਲ ਵਿੱਚ ਵੀ ਪਿਆ ਹੈ ਕਿ ਜਦੋਂ ਇਹ ਸਾਾਕਾ ਹੋਇਆ 1919 ਦੇ ਵਿੱਚ ਜੀ ਉਦੋਂ ਭਗਤ ਸਿੰਘ ਸਰ 9ਵੀਂ 10ਵੀਂ ਵਿੱਚ ਪੜਦਾ ਸੀ ਜੀ ਤੇ ਉਹ ਉਸੇ ਤੋਂ ਉਸ ਤੋਂ ਅਗਲੇ ਦਿਨ ਦੁਪਹਿਰੇ ਲਾਹੌਰੋਂ ਚੱਲ ਕੇ ਜੀ ਉਹ ਇੱਥੇ ਅੰਮ੍ਰਿਤਸਰ ਆਇਆ ਤੇ ਅੰਮ੍ਰਿਤਸਰ ਆ ਕੇ ਉਸ ਤੇ ਜਿਹੜੀ ਲਹੂ ਪੀਜੀ ਮਿੱਟੀ ਹੈ ਜਿਹ ਲੈ ਆਪਣੇ ਬਾਗ ਦੀ ਉਹ ਇੱਕ ਬੋਤਲ ਚ ਪਾ ਕੇ ਇਥੋਂ ਲੈ ਕੇ ਗਿਆ ਸੋ ਇਹਦਾ ਮਤਲਬ ਜਿਹੜੇ ਬੰਦੇ ਦੇਸ਼ ਭਗਤ ਹੈ ਜੀ ਭਗਤ ਸਿੰਘ ਵਰਗੇ ਜੀ ਜਾਂ ਜਿਵੇਂ ਉਦਮ ਸਿੰਘ ਨੇ ਇਹ ਆਪਣੇ ਮਨ ਚ ਗੱਲ ਬਿਠਾਈ ਜੀ ਕਿ ਇਹਦਾ ਬਦਲ ਲੈਣਾ ਚਾਹੀਦਾ ਸੋ ਲੋਕਾਂ ਦੇ ਵਿੱਚ ਇਹ ਜਿਹੜਾ ਜਿੰਨੇ ਗੋਲੇ ਸ਼ਿਕਾਰ ਹੋਏ ਹੈ ਉਹਦਾ ਰਤਬਾ ਸ਼ਹਾਦਤ ਦਾ ਰਤਬਾ ਤੇ ਸਾਰੇ ਉਹਨਾਂ ਨੂੰ ਆਪਣੇ ਜੰਗੇ ਆਜ਼ਾਦੀ ਦਾ ਸ਼ਹੀਦ ਗਿਣ ਕੇ ਚੰਦੇ ਆ ਸਰ ਜਿੰਨੇ ਵੀ ਜੱਲਿਆਂ ਵਾਲੇ ਬਾਬ ਸ਼ਹੀਦ ਹੋਏ ਆ ਇਹਨਾਂ ਦੀ ਲਿਸਟ ਹੈ ਬਕਾਇਦਾ ਆਪਣੇ ਕੋਲ ਇਹ ਲਿਸਟ ਬਣੇ ਹੈਗੀ ਆ ਕਿ ਜਿਸ ਵੇਲੇ ਹੋਇਆ ਉਸ ਵੇਲੇ ਤੁਰਤ ਇਹਦੀ ਗਿਣਤੀ ਨਹੀਂ ਕੀਤੀ ਗਈ ਜੀ ਫਿਰ ਬਾਅਦ ਜਦੋਂ ਗਿਣਤੀ ਹੋਣ ਲੱਗੀ ਜੀ ਤਾਂ ਉਸ 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 ਵਕਤ ਕਾਂਗਰਸ ਨੇ ਇਹਦੀ ਇਨਕੁਆਰੀ ਕਰਨ ਵਾਸਤੇ ਕਮੇਟੀ ਬਿਠਾਈ ਇੱਕ ਜੀ ਜਿਹੜੀ ਉਹ ਕਾਂਗਰਸ ਕਮੇਟੀ ਸੀ ਜੀ ਜਾਂ ਜਿਹੜੇ ਉਹ ਉਹਦਾ ਮਦਨਮਨ ਮਾਲਵੀਆ ਪ੍ਰਧਾਨ ਸੀ ਉਸ ਕਮੇਟੀ ਦਾ ਜੀ ਉਹਨਾਂ ਨੇ ਕੁਝ ਗਿਣਤੀ ਦਿੱਤੀ ਤੇ ਉਸ ਤੋਂ ਪਿੱਛੋਂ ਫਿਰ ਜਦੋਂ ਇਹ ਸਾਰਾ ਚਾਰੇ ਪਾਸੇ ਇਹਦੀ ਮੰਗ ਹੋਣ ਲੱਗੀ ਜੀ ਤੇ ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਆਪਣੇ ਤੌਰ ਤੇ ਸਰਕਾਰੀ ਤੌਰ ਤੇ ਇਹ ਅੰਦਾਜ਼ਾ ਲਾਉਣਾ ਸ਼ੁਰੂ ਕੀਤਾ ਕਿ ਕਿੰਨੇ ਲੋਕ ਉਦੋਂ ਮਾਰੇ ਗਏ ਸੀ ਜੀ ਸੋ ਸਰਕਾਰੀ ਜਿਹੜੀ ਅੰਕੜੇ ਆ ਜੀ ਉਹਦੇ ਅਨੁਸਾਰ ਸ਼ਹੀਦ ਹੋਣ ਵਾਲੇ ਦੀ ਗਿਣਤੀ 379 ਹੈ 379 ਲੇਕਿਨ ਲੋਕਾਂ ਦੇ ਨਜ਼ਰੀਏ ਦੇ ਵਿੱਚ ਯਾ ਜਿਹੜੀ ਮਤਲਬ ਮਾਲੀਓ ਨੇ ਨਹੀਂ ਕਿਹਾ ਦੇ ਬਾਰੇ ਕਿ ਇਹ ਜਿਹੜੀ ਗਿਣਤੀ ਹਜ਼ਾਰ ਤੋਂ ਉੱਪਰ ਹੈ ਉਹਦਾ ਕਾਰਨ ਇਹ ਹੈਗਾ ਕਿ ਇਹ ਤੁਹਾਨੂੰ ਫਰਕ ਨਜ਼ਰ ਕਿਉਂ ਆਉਂਦਾ ਹੈ ਜੀ ਕਿ ਅੰਗਰੇਜ਼ਾਂ ਨੇ ਸਿਰਫ ਉਹ ਲਾਸ਼ਾਂ ਗਿਣੀਆਂ ਜਾਣੀਆਂ ਉੱਥੇ ਪਈਆਂ ਸੀ ਜੀ ਜਾਂ ਜੇ ਕਿਸੇ ਨੇ ਰਿਪੋਰਟ ਕਰਤਾ ਰਿਪੋਰਟ ਕਰ ਲੇਕਿਨ ਬਹੁਤ ਲੋਕ ਸੀਗੇ ਜਿਹੜੇ ਜਦੋਂ ਗੋਲੀ ਚੱਲ ਰਹੀ ਸੀ ਜੀ ਉਦੋਂ ਉਹ ਕੰਧ ਟੱਪ ਕੇ ਗਲੀ 'ਚ ਗਏ ਗਲੀ 'ਚ ਤਾਂ ਪਹੁੰਚ ਗਏ ਜੀ ਲੇਕਿਨ ਉਸ ਤੋਂ ਅੱਗੇ ਨਹੀਂ ਜਾ ਸਕੀ ਜਿਹਨੇ ਜ਼ਖਮੀ ਸੀ ਉਹ ਜੀ ਕੁਝ ਗਲੀ ਦੇ ਕਿਪੇ ਕੁਝ ਉਸ ਤੋਂ ਦੂਰ ਦੂਰ ਦੇਖਦੇ ਜੀ ਕੁਝ ਜ਼ਖਮੀ ਸੀ ਜੀ ਨਿਡਕ ਘਰਾਂ ਚ ਪਹੁੰਚ ਗਏ ਜੀ ਉਹ ਰਾਤ ਨੂੰ ਘਰਾਂ ਚ ਮਾਰੇ ਗਏ ਮਰ ਗਏ ਜਾ ਕੇ ਸੋ ਇਸ ਕਰਕੇ ਜਿਹੜੀ ਇਹ ਗਿਣਤੀ ਸੀ ਨਾ ਪਰ ਲੋਕ ਇਵਨ ਜ਼ਖਮੀਆਂ ਨੂੰ ਵੀ ਅੰਗਰੇਜ਼ ਸਰਕਾਰ ਕੋ ਰਿਪੋਰਟ ਨਹੀਂ ਕਰ ਰਹੇ ਸਨ ਜੀ ਖਾਸ ਤੌਰ ਤੇ ਅੰਗਰੇਜ਼ਾਂ ਨੇ ਉਦੋਂ ਕਿਉਂਕਿ ਮੈਡੀਕਲ ਸਹਾਇਤਾ ਦਿੱਤੀ ਕੋਈ ਨਹੀਂ ਜੀ ਕੋਈ ਗੱਡੀਆਂ ਨਹੀਂ ਭੇਜੀਆਂ ਜ਼ਖਮੀਆਂ ਨੂੰ ਸੰਭਾਲ ਸੰਭਾਲ ਵਾਸਤੇ ਕੋਈ ਡਾਕਟਰ ਨਹੀਂ ਭੇਜੇ ਜੀ ਤੇ ਇਲਾਜ ਵੀ ਲੋਕਾਂ ਜਿਹੜੇ ਗਲੀਆਂ ਮਹੱਲਿਆਂ ਵਿੱਚ ਦੋ ਚਾਰ ਹਿੰਦੂਸਣ ਡਾਕਟਰ ਸੀਗੇ ਜਿੰਨਾ ਇਲਾਜ ਉਹ ਕਰ ਸਕਦੇ ਸੀ ਜੀ ਜਿਨ੍ਹਾਂ ਦੇ ਵਸ ਵਿੱਚ ਸੀ ਉਹ ਉਹਨਾਂ ਨੇ ਕੀਤਾ ਤੇ ਇਸ ਕਰਕੇ ਦਰਦੇ ਲੋਕ ਸ਼ਿਕਾਇਤ ਵੀ ਨਹੀਂ ਕਰਦੇ ਸੀ ਜੀ ਕਿ ਜਿਵੇਂ ਜਦੋਂ 10 ਅਪ੍ਰੈਲ ਨੂੰ ਗੋਲੀ ਚੱਲੀ ਸੀ 1919 ਨੂੰ ਜੀ ਜਦੋਂ ਜਿਹੜੇ ਲੋਕ ਜ਼ਖਮੀ ਹੋ ਕੇ ਹਸਪਤਾਲ ਪਹੁੰਚ ਗਏ ਜੀ ਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਕੇਸ ਬਣਾ ਕੇ ਗ੍ਰਿਫਤਾਰ ਕਰ ਲਿਆ ਸੀ ਜੀ ਸੋ ਇਸ ਦਰੋਂ ਬਹੁਤ ਰਿਪੋਰਟ ਹੋਣੀ ਹੋਈ ਗੱਲ ਆਪਣੇ ਤੌਰ ਤੇ ਸੋ ਉਹ ਜਿਹੜੇ 379 ਦੀ ਜਿਹੜੀ ਆਪਰ ਤੇ ਗਿਣਤੀ ਹੈ ਜੀ ਇਹ ਜੋ ਹਾਲਾਤੇ ਨਜ਼ਰ ਆਉਂਦੇ ਆ ਜੀ ਉਹਦੇ ਉਧਰ ਬਹੁਤ ਘੱਟ ਹੈ ਇਹ ਸਰਟਨਲੀ ਹਜ਼ਾਰ ਤੋਂ ਉੱਪਰ ਹੈ ਪਰ ਕਈ ਲੋਕ ਇਸ ਨੂੰ 1500 ਵੀ ਕਹਿੰਦੇ ਆ ਇਹਦੇ ਬਾਰੇ ਆਪਾਂ ਥੋੜਾ ਜਿਆਦਾ ਰੱਖ ਸਕਦੇ ਆ ਕਿ ਕਿ ਹਜ਼ਾਰ ਸੀ 1200 ਸੀ 1500 ਸੀ ਇਹਦੇ ਬਾਰੇ ਕੋਈ ਜਿਆਦਾ ਯਕੀਨਨਾ ਨਹੀਂ ਕਰਦਾ ਸਰਚ ਹੋਊਗੀ ਇਹ ਬੜੀ ਮੁਸ਼ਕਲ ਹੈ ਕਿਉਂਕਿ ਉਸ ਵੇਲੇ ਕੋਈ ਉਹੋ ਜਿਹਾ ਸਬੂਤ ਨਜ਼ਰ ਤੋਂ ਨਹੀਂ ਆਉਂਦਾ ਤੁਸੀਂ ਜਿਸ ਦੇ ਆਧਾਰ ਤੇ ਤੁਸੀਂ ਇਹ ਸਾਰਾ ਕੁਝ ਕਰ ਸਕੋ ਕੋਈ ਸਾਡੀਆਂ ਸੰਸਥਾਵਾਂ ਇਹ ਜਿ ਹੁਣ ਜਾਂ ਅਦਾਰੇ ਹੁਣ ਜਾਂ ਗਵਰਨਮੈਂਟ ਇਹ ਚੀਜ਼ ਬਾਰੇ ਨਹੀਂ ਨਹੀਂ ਗਵਰਨਮੈਂਟ ਦਾ ਤੁਹਾਨੂੰ ਹਾਲ ਦੱਸਦਾ ਮੈਂ ਜੀ ਕਿ ਫਰਜ਼ ਕਰੋ 10 ਅਪ੍ਰੈਲ 1919 ਨੂੰ ਅਜਿਹਾ ਹੁਣ ਭੰਡਾਰੀ ਪੋੜਾ ਹਾਂਜੀ ਇਹ ਉੱਚ ਪੁਲਸ ਕਹਾਉਂਦਾ ਸੀ ਉਸ ਵੇਲੇ ਹਾਂਜੀ ਉੱਥੇ ਮਤਲਬ ਗੋਲੀ ਚੱਲੀ ਹੈ ਜੀ ਉੱਥੇ ਜੇ ਅੰਗਰੇਜ਼ ਕਹਿੰਦੇ ਕਿ 15 ਤੋਂ 20 ਬੰਦੇ ਸ਼ਹੀਦ ਹੋਏ ਹੈ 10 ਅਪ੍ਰੈਲ ਨੂੰ ਜੀ ਤੇ ਜਿਹੜੀ ਦੂਸਰੀ ਗਿਣਤੀ ਉਹ 25 ਉਤੀ ਚਲਦੀ ਹੈ ਜੀ ਪਰ ਹਜੇ ਤੱਕ ਵੀ ਜੀ ਉਹ ਬੰਦੇ ਕਿਹੜੇ ਸੀ ਉਹਨਾਂ ਦਾ ਨਾਮ ਪਤਾ ਸਰਕਾਰ ਨਹੀਂ ਦੱਸ ਰਹੀ ਸਿਰਫ ਪਿਛਲੇ ਕੁਝ ਸਮੇਂ ਪਹਿਲਾਂ 2-4 ਸਾਲ ਪਹਿਲਾਂ ਕਿਸੇ ਬੰਦੇ ਨੇ ਆਪਣੀ ਹਿੰਮਤ ਨਾਲ ਆਰਟੀਆ ਤਹਿਤ ਜੀ ਪੁਰਾਣਾ ਰਿਕਾਰਡ ਕਢਵਾ ਕੇ ਉਹ 10 April ਦੇ ਸ਼ੀਦਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਸਾਰੇ ਉਸ ਨੂੰ ਵੱਧ ਤੋਂ ਵੱਧ ਮੇਰਾ ਖਿਆਲ ਹੈ ਕਿ 7-8 ਨਾ ਮਿਲੇ ਜਿਆਦਾ ਨਾ ਨਿ ਮਿਲੇ ਜਿਨ੍ਹਾਂ ਦੀ ਮਤਲਬ ਕੋਈ ਐਫ ਆਈ ਆਰ ਸੀ ਜਾਂ ਕੋ ਪੋਸਟ ਮਾਰਟਲ ਰਿਪੋਰਟ ਸੀ ਉਹਨਾਂ ਦਾ 10 April ਬਣਾਂ ਦੀ ਵੀ ਸੋ ਇਸ ਕਰਕੇ ਉਹਦੇ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਨਹੀਂ ਆਉਂਦੇ ਬਾਕੀ ਜਿਹੜੇ ਮੈਂ ਤੁਹਾਨੂੰ ਗਿਣਤੀ ਦੱਸ ਰਿਹਾ ਹਾਂ ਜਿਹੜੇ ਹਾਲਾਤ ਵਿੱਚ ਤੁਸੀਂ ਤੁਹਾਨੂੰ ਫਰਜ਼ ਗੜੀ ਜਿੱਦਕੇ ਬਾਰੇ ਘਰ ਜਾ ਕੇ ਵਰਗੇ ਲੋਕਾਂ ਨੇ ਡਰਦਿਆਂ ਨੇ ਸ਼ਿਕਾਇਤ ਨਹੀਂ ਕੀਤੀ ਨਾ ਨਹੀਂ ਲਿਖਾਇਆ ਈਵਨ ਪਾਪਾ ਕੰਪਨਸੇਸ਼ਨਰੀ ਬਾਅਦ ਅੰਗਰੇਜ਼ਾਂ ਅੰਰੇਜ਼ ਸਰਕਾਰ ਨੇ ਮਨਜ਼ੂਰ ਕੀਤੀ ਸੀ ਤੇ ਇਸ ਕਰਕੇ ਉਹ ਪੱਕਾ ਪਤਾ ਲਾਉਣਾ ਬੜਾ ਮੁਸ਼ਕਲ ਹੈ ਜਿਹੜੀ ਕੰਪਨਸੇਸ਼ਨ ਦਾ ਐਲਾਨ ਵੀ ਉਦੋਂ ਹੋਇਆ ਸੀਗਾ ਉਹ ਵੀ ਬਹੁਤ ਲੋਕਾਂ ਨੇ ਲੈਣ ਤੋਂ ਨਾ ਕਰਤੀ ਸੀ ਜੋ ਕੰਪਨਸੇਸ਼ਨ ਦੇ ਵਿੱਚ ਵੀ ਇੱਕ ਵਖਰੇਵਾ ਸੀ ਜੀ ਦੇ ਦੇਖੋ ਫਰਜ਼ ਕਰੋ ਅੰਗਰੇਜ਼ ਜ਼ਖਮੀ ਹੁੰਦਾ ਹੈ ਜਾਂ ਜਿਹੜੇ 10 ਸਭ 9 ਅਪ੍ਰੈਲ ਸੋਰੀ 10 ਅਪ੍ਰੈਲ ਨੂੰ ਅੰਗਰੇਜ਼ ਮਾਰੇ ਗਏ ਸੀ ਜਾਂ ਜ਼ਖਮੀ ਹੋਏ ਸੀ ਉਹਨਾਂ ਨੂੰ ਪੈਸਾ ਵਾਧਦੇ ਰਹੇ ਸੀ ਹਿੰਦੁਸਤਾਨੀ ਜਿਹੜੇ ਸੀ ਉਹਨਾਂ ਨੂੰ ਕੱਟਦੇ ਰਹੇ ਸੀਗੇ ਉਹ ਕਈਆਂ ਨੇ ਲੈ ਲਿਆ ਪਰ ਬਹੁਤੇ ਨਾ ਕਰਤੀ ਸੀ ਉਹ ਤਾਂ ਆਸਟ੍ਰੇਲੀਆ ਵੀ ਇਹ ਪੋਜੀਸ਼ਨ ਸੀ ਸਰ ਜੇ ਇੱਕ ਕਿਤਾਬ ਸਿਰਫ ਲਿਖਣ ਤਾਂ ਕੀ ਸੀਮਤ ਹੈ ਜਾਂ ਇਸ ਤੋਂ ਅੱਗੇ ਵੀ ਮਨ ਲੱਖੋ ਸੋਚਿਆ ਕਿ ਲੋਕਾਂ ਤੱਕ ਵੀ ਇਹ ਨੂੰ ਦੇਖੋ ਇਸ ਤਰ੍ਹਾਂ ਹੁੰਦਾ ਹੈ ਤੇ ਮੈਂ ਤਾਂ ਸਰ ਕਿਤਾਬ ਲਿਖ ਸਕਦੇ ਆ ਜੋ ਲਿਖਤੀ ਬਾਕੀ ਤਾਂ ਆਪ ਸਾਡੀ ਦੇਸ਼ਵਤ ਕਾਪੀਟੀ ਦੇ ਵਿੱਚ ਉਪਲਬਧ ਹੈ ਜਲੰਧਰ ਇੱਕ ਦੋ ਦੁਕਾਨਾਂ ਦੇ ਕਿਤਾਬ ਰੱਖਤੀ ਹੈ ਹਮ ਬਾਕੀ ਤਾਂ ਬੰਦੇ ਆਪਣੀ ਹਿੰਮਤ ਹੈ ਮੈਂ ਤਾਂ ਆਪ ਜਾ ਕੇ ਸਿਰਫ ਕਹਣੇ ਕਿਤਾਬ ਲਓ ਸਰ ਤੋਂ ਥੋੜੇ ਜਿਹਾ ਕਿਉਂਕਿ ਤੁਸੀਂ ਇਤਿਹਾਸ ਦੀ ਗੱਲ ਕਰ ਰਹੇ ਸਰ ਇਤਿਹਾਸ ਸਰ ਪੰਜਾਬ ਦਾ ਇਤਿਹਾਸ ਲਈਏ ਤੇ ਬਹੁਤ ਜ਼ਿਆਦਾ ਵੀ ਇਹਦਾ ਪੁਰਾਣੀ ਤਰੀਕਾ ਨਹੀਂ ਮਿਲਦੀ ਸਾਢੇ 500 600 ਸਾਲ ਤੋਂ ਜਿਆਦੀ ਦੀ ਹਿਸਟਰੀ ਜਿਹੜੀ ਆ ਮਿਲ ਰਹੀ ਆ ਸਰ ਪਰ ਇਹ ਸਾਰਾ ਇਤਿਹਾਸ ਸਾਰਾ ਹੀ ਲੁੱਟਫੋਰ ਮਿਲ ਗਮ ਹੋ ਰਿਹਾ ਵਾ ਤੇ ਸਰ ਇਹ ਕਿੱਥੇ ਕਮੀ ਆ ਜੀ ਨਹੀਂ ਨਹੀਂ ਇਤਿਹਾਸ ਗੁਪਤ ਕਾਦਾ ਹੋਣਾ ਇਤਿਹਾਸਕਾਰ ਇਤਿਹਾਸ ਲਿਖ ਵੀ ਰਹੇ ਆ ਜੀ ਬਾਕੀ ਇਤਿਹਾਸਕਾਰ ਜੋ ਲਿਖਦੇ ਆ ਉਹਨਾਂ ਤੇ ਕਈ ਤਰ੍ਹਾਂ ਦੀ ਰੋਕਾਂ ਹੁੰਦੀਆਂ ਜੀ ਜਿਹੜੀਆਂ ਰੋਕਾਂ ਕਿਸੇ ਕਾਗਜ਼ 'ਤੇ ਦਰਜ ਨਹੀਂ ਹੁੰਦੀਆਂ ਜੀ ਉਹ ਮਾਹੌਲ 'ਚ ਪਈਆਂ ਹੁੰਦੀਆਂ ਕਿ ਤੁਸੀਂ ਕਿਹੋ ਜਿਹਾ ਇਤਿਹਾਸ ਲਿਖਣਾ ਕਿਹੋ ਜਿਹਾ ਨਹੀਂ ਲਿਖਣਾ ਉਹ ਇੱਕ ਵੱਖਰੇ ਕਿਸਮ ਦੇ ਖੇਡਾਂ ਹੈ ਇਤਿਹਾਸ ਲਿਖਣ ਦੀਆਂ ਉਹ ਜੋ ਉਸ ਮੌਕੇ ਦੀ ਰਾਜਨੀਤੀ ਮੌਕੇ ਦਾ ਇਹ ਉਹ ਕਈ ਕੁਝ ਸਾਹਮਣ ਹੁੰਦਾ ਹੈ ਮੈਂ ਜੇ ਤੁਸੀਂ ਪੰਜਾਬ ਦਾ ਇਤਿਹਾਸ 550 600 ਸਾਲ ਇਤਿਹਾਸ ਨਹੀਂ ਹੈ ਜੀ ਜਿਹੜਾ ਮੈਂ ਸਾਰਾ ਨਵਾਂ ਨਹੀਂ 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 ਉਸ ਵਿੱਚ ਆਵਾਜ਼ ਦਾ ਬਹੁਤ ਪੁਰਾਣਾ ਤੇ ਹੈ ਬਹੁਤ ਪੁਰਾਣਾ ਹੈ ਪੰਜਾਬ ਦਾ ਇਤਿਹਾਸ ਮੈਂ ਤੁਸੀਂ ਹਿਸਾਬ ਲਾਓ ਕਿ ਈਸਾ ਮਸੀਹ ਜਿਹੜੀ ਆਪਾਂ ਸਦੀ ਚੱਲਦੀ ਹੈ ਜਿਹੜੀ 2020 ਹੈ ਜੀ ਇਸ ਤੋਂ ਵੀ ਪਹਿਲਾਂ ਦਾ ਇਤਿਹਾਸ ਹੈ ਓਕੇ ਇਸ ਤੋਂ ਪਹਿਲਾਂ ਦਾ ਕਿਉਂਕਿ ਜਿਹੜੀ ਸਿੰਧ ਘਾਟੀ ਸਭਿਤਾ ਸੀ ਜਿਹੜਾ ਆਪਾਂ ਮੰਜਦੜੋੜਾ ਦੀ ਉਹ ਪੰਜਾਬ ਦੀ ਧਰਤੀ ਤੇ ਸੀ ਉਹ ਪੰਜਾਬ ਦੀ ਧਰਤੀ ਤੇ ਸੀ ਪੰਜਾਬ ਦੀ ਧਰਤੀ ਤੇ ਸੀ ਸੋ ਇਸ ਕਰਕੇ ਪੰਜਾਬ ਦਾ ਇਤਿਹਾਸ ਬਹੁਤ ਪੁਰਾਣਾ ਹੈ ਵੇਦ ਦਾ ਵੇਦ ਦਾ ਰਚਨ ਤੋਂ ਪਹਿਲਾਂ ਦਾ ਇਤਿਹਾਸ ਪਿਆ ਸਰ ਤੁਸੀਂ ਮੰਜਦੜੋੜਾ ਦੀ ਗੱਲ ਕੀਤੀ ਹੈ ਸਰ ਉਹਦੇ ਬਾਰੇ ਥੋੜਾ ਜਿਆ ਲੋਕਾਂ ਨੂੰ ਦੱਸ ਦਿਓ ਵੀ ਕੀ ਵਾੜ ਇਹ ਮਤਲਬ ਇੱਕ ਕਿਦੋਂ ਦੀ ਗੱਲ ਮੈਨੂੰ ਹਣਾ ਐਗਜ਼ੈਕਟਲੀ ਟੂ ਸੇ ਕਿ ਹਾਂ ਬਸ ਐਗਜ਼ੈਕਟਲੀ ਕਹੋ ਤਾਂ ਬੜਾ ਮੁਸ਼ਕਲ ਹੈ ਕਹਿਣਾ ਇਹ ਕਿੰਨੇ ਸਾਲ ਇਸਵਸੀ ਤੋਂ ਪਹਿਲਾਂ ਸੀ ਲੇਕਿਨ ਸਰਟਨਲੀ ਇਹ 1000 1500 ਇਸਵਸੀ ਤੋਂ ਪਹਿਲਾਂ ਦੀਆਂ ਕਹਾਣੀਆਂ ਸਾਰੀਆਂ ਤੇ ਉਸ ਵੇਲੇ ਉਹ ਇੱਕ ਪਹਿਲੀ ਜਿਹੜੀ ਅਰਬਨ ਸਿਵਲਾਈਜੇਸ਼ਨ ਸੀ ਇਹ ਅਰਬਨ ਸਿਵਲਾਈਜੇਸ਼ਨ ਆਫ ਸੌਸ ਸੀ ਠੀਕ ਹੈ ਸਰ ਮੈਂ ਮਿਹਰਬਾਨੀ ਥੈਂਕ ਯੂ ਸਰ ਧੰਨਵਾਦ ਜੀ